ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਕੁਸ਼ਚਨ ਹੈਗਾ, ਸੋਲਵ ਦੀ ਫੋਲੋਇੰਗ ਰਿਡਲ। ਆਈ ਐਮ ਏ ਨੰਬਰ, ਟੈਲ ਮਾਈ ਆਈਡੈਂਟੀਟੀ, ਟੇਕ ਮੀ 7 ਟਾਈਮਸ ਓਵਰ ਐਂਡ ਐਡ ਏ 50। ਟੂ ਰੀਚ ਏ ਟ੍ਰਿਪਲ ਸੈਂਚੁਰੀ ਯੂ ਸਟਿਲ ਨੀਡ 40। ਦੇਖੋ ਸਾਨੂੰ ਰਿਡਲ ਦਿੱਤੀ ਪਈ ਆ, ਕੀ ਦੇਖੋ ਮਤਲਬ, ਪਹਿਲਾਂ ਕੀ, ਆਈ ਐਮ ਏ ਨੰਬਰ, ਮੈਂ ਕੋਈ ਨੰਬਰ ਆ, ਮੇਰੀ ਆਈਡੈਂਟੀ ਦੱਸੋ, ਦੱਸੋ ਮੈਂ ਕਿਹੜਾ ਨੰਬਰ ਆ, ਠੀਕ ਹੈ ਜੀ। ਟੇਕ ਮੀ 7 ਟਾਈਮਸ ਓਵਰ ਮਤਲਬ ਮੇਰੇ ਸਾਥ 7 ਮਲਟੀਪਲਾਈ ਕਰ ਦਿਓ, ਮੈਨੂੰ 7 ਟਾਈਮਸ ਕਰ ਦਿਓ। ਐਂਡ ਐਡ ਏ 50, ਐਂਡ ਮੇਰੇ ਚ 50 ਐਡ ਕਰ ਦਿਓ। ਬਟ ਅਗਰ ਮੈਨੂੰ ਤੁਸੀਂ ਟੂ ਰੀਚ ਏ ਟ੍ਰਿਪਲ ਸੈਂਚੁਰੀ, ਅਗਰ ਇਹ ਕੰਡੀਸ਼ਨ ਨਾਲ ਮੈਨੂੰ ਟ੍ਰਿਪਲ ਸੈਂਚੁਰੀ ਤੱਕ ਪੁੱਜਣਾ ਹੈ, ਤੇ ਯੂ ਸਟਿਲ ਨੀਡ 40, ਠੀਕ ਹੈ। ਤੇ ਲਾਈਨ ਵਿੱਚ ਦੇਖ ਲੈਂਦੇ, ਸਭ ਤੋਂ ਪਹਿਲਾਂ ਅਸੀਂ ਕੀ ਮੰਨ ਲੈਂਦੇ ਹਾਂ, ਲੈਟ ਮੰਨ ਲੈਂਦੇ ਐਕਸ ਬੀ ਦੀ ਨੰਬਰ, ਠੀਕ ਹੈ ਜੀ। ਜਿਹੜਾ ਨੰਬਰ ਅਸੀਂ ਫਾਇੰਡ ਕਰਨਾ ਹੈ ਉਹ ਐਕਸ ਹੈ, ਠੀਕ ਹੈ ਜੀ। ਆਈ ਐਮ ਏ ਨੰਬਰ, ਉਹ ਸਾਡਾ ਕੀ ਆ ਗਿਆ, ਐਕਸ, ਠੀਕ ਹੈ। ਹੁਣ ਕੰਡੀਸ਼ਨ ਕੀ ਹੈ, ਟੇਕ ਮੀ 7 ਟਾਈਮਸ ਓਵਰ, ਮਤਲਬ ਟੇਕ ਮੀ 7 ਟਾਈਮਸ ਓਵਰ ਐਂਡ ਐਡ ਏ 50, ਮੇਰੇ 50 ਐਡ ਕਰ ਦਿਓ। ਐਂਡ ਟੂ ਰੀਚ ਏ ਟ੍ਰਿਪਲ ਸੈਂਚੁਰੀ, ਅਸੀਂ ਕਿੱਥੇ ਤੱਕ, ਟ੍ਰਿਪਲ ਸੈਂਚੁਰੀ ਤੱਕ ਰੀਚ ਕਰਨਾ ਹੈ, ਤੇ ਕੀ, ਯੂ ਸਟਿਲ ਨੀਡ 40, ਯੂ ਸਟਿਲ ਨੀਡ 40, ਆ ਗਿਆ ਨਾ। ਦੇਖੋ, ਟੇਕ ਮੀ 7 ਟਾਈਮਸ ਓਵਰ ਐਂਡ ਐਡ ਏ 50 ਐਂਡ ਟੂ ਰੀਚ ਟ੍ਰਿਪਲ ਸੈਂਚੁਰੀ ਯੂ ਨੀਡ 40, ਠੀਕ ਹੈ ਜੀ। ਹੁਣ ਅਸੀਂ ਕੀ ਕਰਨਾ ਹੈ, ਇਹਨੂੰ ਸੋਲਵ ਕਰਨਾ ਤੇ ਐਕਸ ਦੀ ਵੈਲਿਊ ਫਾਇੰਡ ਕਰਨੀ ਹੈ। ਦੇਖੋ ਇਹ ਕੀ ਆ ਗਿਆ ਸਾਡੇ ਕੋਲ, 7x + 90 = 300, ਠੀਕ ਹੈ ਜੀ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਇਹ 90 ਰਿਮੂਵ ਕਰਦੇ, ਕਿਵੇਂ ਕਰਾਂਗੇ, ਸਬਟ੍ਰੈਕਟਿੰਗ 90 ਫਰੋਮ ਬੋਥ ਸਾਈਡਸ, ਕੀ ਆ ਜਾਏਗਾ, 7x + 90 - 90 = 300 - 90, ਤੇ ਕੀ ਆ ਗਿਆ, 7x ਇਹ ਕੈਨਸਲ ਹੋ ਗਿਆ ਸਾਡੇ ਕੋਲ, 7x = 300 - 90, ਕਿੰਨਾ ਆ ਗਿਆ, 210, ਠੀਕ ਹੈ ਜੀ। ਹੁਣ ਅਸੀਂ ਕੀ ਕਰਾਂਗੇ, ਅਸੀਂ 7 ਰਿਮੂਵ ਕਰਨਾ ਹੈ, ਤੇ 7 ਰਿਮੂਵ ਕਰਨ ਵਾਸਤੇ ਕੀ ਕਰਾਂਗੇ, ਅਸੀਂ ਡਿਵਾਈਡ ਕਰ ਦਾਂਗੇ 7 ਦਾ ਬੋਥ ਸਾਈਡ, ਡਿਵਾਈਡਿੰਗ ਬੋਥ ਸਾਈਡਸ ਬਾਏ 7, ਕੀ ਆ ਗਿਆ, 7x/7 = 210/7, ਠੀਕ ਹੈ ਜੀ। ਇਹ 7 ਕੈਨਸਲ ਹੋ ਗਿਆ ਸਾਡਾ, 7 3 21 0, ਤੇ ਰਿਪਲਾਈਜ਼ x = 30। ਜਿਹੜਾ ਨੰਬਰ ਅਸੀਂ ਫਾਈਂਡ ਕਰਨਾ, ਤਾਂ ਉਹ ਕੀ ਸਾਡਾ ਨੰਬਰ ਆ ਗਿਆ, 30, ਠੀਕ ਹੈ ਜੀ। ਧੰਨਵਾਦ।